ਬਾਅਦ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗਲਤ ਕੰਮ। ਮੌਕੇ 'ਤੇ ਪੁਲਿਸ ਨੇ ਮਾਰੀ ਰੇਡ, ਮਹਿਲਾਵਾਂ ਸਮੇਤ ਕਸਟਮਰ ਵੀ ਕਰ ਲਏ ਕਾਬੂ। ਦੱਸ ਦੇ ਕੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਅਤੇ ਮੌਕੇ 'ਤੇ ਪਹੁੰਚ ਕੇ ਪੁਲਿਸ ਰੇਡ ਕਰਦੀ ਹੈ ਅਤੇ ਮਹਿਲਾਵਾਂ ਸਮੇਤ 6 ਲੋਕਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਜਾਂਦਾ। ਦੱਸ ਦੇ ਕੇ ਇਹਨਾਂ ਦੇ ਵਿੱਚ 2 ਮਹਿਲਾਵਾਂ ਸ਼ਾਮਿਲ ਸੀ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਬਠਿੰਡਾ ਦਾ, ਜਿੱਥੇ ਸਪਾ ਸੈਂਟਰ ਦੇ ਅੰਦਰ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਅਤੇ ਇਸ ਸੰਬੰਧੀ ਪੁਲਿਸ ਨੇ ਸਪਾ ਸੈਂਟਰ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ, ਹੋਟਲ ਦੇ ਮਾਲਕ ਸਮੇਤ 6 ਲੋਕਾਂ ਨੂੰ ਕਾਬੂ ਕੀਤਾ। ਦੱਸ ਦਈਏ ਕਿ 4 ਕਸਟਮਰ ਵੀ ਆਏ ਸੀ, ਇਹਨਾਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਇਹਨਾਂ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਅਤੇ ਇਹਨਾਂ ਦੇ ਨਾਲ ਹੋਰ ਕੌਣ ਕੌਣ ਨੇ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਤਾਂ ਵੱਡੀ ਖਬਰ ਆ ਰਹੀ ਹੈ ਬਠਿੰਡੇ ਤੋਂ, ਜਿੱਥੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ। ਮੌਕੇ 'ਤੇ ਪੁਲਿਸ ਦੀ ਪਾਰਟੀ ਰੇਡ ਕਰਦੀ ਹੈ, ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਜਾਂਦੀ ਹੈ ਅਤੇ ਇੱਥੇ ਕਸਟਮਰ, ਹੋਟਲ ਮਾਲਕ ਅਤੇ 2 ਮਹਿਲਾਵਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਾਂਦਾ ਅਤੇ ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ੍ਹ ਸਾਨੂੰ ਕੋਈ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ, ਜਿਸ ਤਹਿਤ ਅਸੀਂ ASA ਦੀਵਾਨ ਚੰਦ ਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 345 ਇਮੋਰਲ ਟ੍ਰੈਫਿਕਿੰਗ ਐਕਟ। ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਇੱਥੇ ਕਿੰਗਸ ਨਾਮ ਦਾ ਸਪਾ ਹੈਗਾ ਜੀ, ਜਿੱਥੇ ਸਪਾ ਦੇ ਨਾਮ 'ਤੇ ਬੜਾ ਗਲਤ ਕੰਮ ਹੁੰਦਾ ਸੀ, ਜਿਸਮ ਪਰੋਸੀ ਦਾ ਕੰਮ ਹੁੰਦਾ ਸੀ, ਚਕਲਾ ਚੱਲ ਕਹਿ ਸਕਦੇ ਹਾਂ ਆਪਾਂ। ਉਸ ਦੇ ਵਿੱਚ ਅਸੀਂ ਕੁੱਲ 6 ਜਣਿਆਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ 2 ਲੇਡੀਜ਼ ਅਤੇ 4 ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ। ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਹਾ ਸੀ, ਇੱਥੇ ਕੀ ਕੰਮ ਹੁੰਦੇ ਸੀ, ਕੋਈ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ, ਜਾਂ ਕੌਣ ਕੌਣ ਬੰਦੇ ਆਉਂਦੇ ਸੀ, ਇਹਨਾਂ ਦਾ ਓਨਰ ਕੌਣ ਹੈਗਾ, ਇੱਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹੈਗੇ। ਫੋਰ ਦਾ ਟਾਈਮ ਬੀਂਗ ਜਿੰਨਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ। ਬੜੀ ਸਿੰਪਲ ਜੀ ਗੱਲ ਆ ਜੀ, ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ, ਕੰਸਰਨ ਡਿਪਾਰਟਮੈਂਟ ਦੇ ਲਾਈਸੈਂਸ, ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ, ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਚੱਲਦੇ, ਕੋਈ ਸਪਾ ਸੈਂਟਰ ਲਾ ਲਓ, ਕੋਈ ਸਲੂਨ ਲਾ ਲਓ, ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ, ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਅਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ, ਅਦਰਵਾਈਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਡੇ ਬਾਈ ਡੇ ਹੁੰਦੀ ਰਹੂ। ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀਆਂ? ਨਾ, 2 ਲੇਡੀਜ਼ ਗ੍ਰਿਫਤਾਰ ਕੀਤੀਆਂ ਜੀ। ਇੱਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਉਂਦੇ? ਨਹੀਂ, ਕੁਛ ਜਣੇ ਬਾਹਰੋਂ ਵੀ ਹੈਗੇ ਆ, ਬੁਢਲਾਡੇ ਤੋਂ ਹੈਗੇ, ਲੁਧਿਆਣੇ ਤੋਂ ਹੈਗੇ, ਅੱਡੋ ਅੱਡ ਥਾਵਾਂ ਤੋਂ ਆ ਜੀ, 4 ਜਣੇ ਲੋਕ ਹੈ। ਬਾਕੀ ਕਸਟਮਰ ਨੇ? ਇੱਕ ਜਣਾ ਕਸਟਮਰ ਆ ਜੀ, 3 ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ। ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗਲਤ ਕੰਮ, ਮੌਕੇ 'ਤੇ ਪੁਲਿਸ ਨੇ ਮਾਰੀ ਰੇਡ, ਮਹਿਲਾਵਾਂ ਸਮੇਤ ਕਸਟਮਰ ਵੀ ਕਰ ਲਏ ਕਾਬੂ। ਦੱਸ ਦਈਏ ਕਿ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਹੈ ਅਤੇ ਮੌਕੇ 'ਤੇ ਪਹੁੰਚ ਕੇ ਪੁਲਿਸ ਰੇਡ ਕਰਦੀ ਹੈ ਅਤੇ ਮਹਿਲਾਵਾਂ ਸਮੇਤ 6 ਲੋਕਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਜਾਂਦਾ। ਦੱਸ ਦਈਏ ਕਿ ਇਹਨਾਂ ਦੇ ਵਿੱਚ 2 ਮਹਿਲਾਵਾਂ ਸ਼ਾਮਿਲ ਸੀ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਬਠਿੰਡਾ ਦਾ, ਜਿੱਥੇ ਸਪਾ ਸੈਂਟਰ ਦੇ ਅੰਦਰ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਅਤੇ ਇਸ ਸੰਬੰਧੀ ਪੁਲਿਸ ਨੇ ਸਪਾ ਸੈਂਟਰ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ, ਹੋਟਲ ਦੇ ਮਾਲਕ ਸਮੇਤ 6 ਲੋਕਾਂ ਨੂੰ ਕਾਬੂ ਕੀਤਾ। ਦੱਸ ਦਈਏ ਕਿ 4 ਕਸਟਮਰ ਵੀ ਆਏ ਸੀ, ਇਹਨਾਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਇਹਨਾਂ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਅਤੇ ਇਹਨਾਂ ਦੇ ਨਾਲ ਹੋਰ ਕੌਣ ਕੌਣ ਨੇ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਤਾਂ ਵੱਡੀ ਖਬਰ ਆ ਰਹੀ ਹੈ ਬਠਿੰਡੇ ਤੋਂ, ਜਿੱਥੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚੱਲ ਰਿਹਾ ਸੀ। ਮੌਕੇ 'ਤੇ ਪੁਲਿਸ ਦੀ ਪਾਰਟੀ ਰੇਡ ਕਰਦੀ ਹੈ, ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਜਾਂਦੀ ਹੈ ਅਤੇ ਇੱਥੇ ਕਸਟਮਰ, ਹੋਟਲ ਮਾਲਕ ਅਤੇ 2 ਮਹਿਲਾਵਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਾਂਦਾ ਅਤੇ ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੱਲ੍ਹ ਸਾਨੂੰ ਕੋਈ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ, ਜਿਸ ਤਹਿਤ ਅਸੀਂ ASA ਦੀਵਾਨ ਚੰਦ ਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 345 ਇਮੋਰਲ ਟ੍ਰੈਫਿਕਿੰਗ ਐਕਟ। ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਇੱਥੇ ਕਿੰਗਸ ਨਾਮ ਦਾ ਸਪਾ ਹੈਗਾ ਜੀ,
ਜਿੱਥੇ ਸਪਾ ਦੇ ਨਾਮ 'ਤੇ ਬੜਾ ਗਲਤ ਕੰਮ ਹੁੰਦਾ ਸੀ, ਜਿਸਮ ਪਰੋਸੀ ਦਾ ਕੰਮ ਹੁੰਦਾ ਸੀ, ਚਕਲਾ ਚੱਲ ਕਹਿ ਸਕਦੇ ਹਾਂ ਆਪਾਂ, ਉਸ ਦੇ ਵਿੱਚ ਅਸੀਂ ਕੁੱਲ 6 ਜਣਿਆਂ ਨੂੰ ਅਰੈਸਟ ਕੀਤਾ ਹੈਗਾ, ਜਿਹਦੇ 2 ਲੇਡੀਜ਼ ਅਤੇ 4 ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ, ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਇੱਥੇ, ਕੀ ਕੀ ਕੰਮ ਹੁੰਦੇ ਸੀ, ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ, ਜਾਂ ਕੌਣ ਕੌਣ ਬੰਦੇ ਆਉਂਦੇ ਸੀ, ਇਹਨਾਂ ਦਾ ਓਨਰ ਕੌਣ ਹੈਗਾ, ਇੱਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹੈਗੇ। ਫੋਰ ਦਾ ਟਾਈਮ ਬੀਂਗ ਜਿੰਨਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ। ਬੜੀ ਸਿੰਪਲ ਜੀ ਗੱਲ ਆ ਜੀ, ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ, ਕੰਸਰਨ ਡਿਪਾਰਟਮੈਂਟ ਦੇ ਲਾਈਸੈਂਸ, ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ, ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਚੱਲਦੇ, ਕੋਈ ਸਪਾ ਸੈਂਟਰ ਲਾ ਲਓ, ਕੋਈ ਸਲੂਨ ਲਾ ਲਓ, ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ, ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਅਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ, ਅਦਰਵਾਈਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਡੇ ਬਾਈ ਡੇ ਹੁੰਦੀ ਰਹੂ। ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀਆਂ? ਨਾ 2 ਲੇਡੀਜ਼ ਗ੍ਰਿਫਤਾਰ ਕੀਤੀਆਂ ਜੀ। ਨਹੀਂ, ਕੁਛ ਜਣੇ ਬਾਹਰੋਂ ਵੀ ਹੈਗੇ ਆ, ਬੁਢਲਾਡੇ ਤੋਂ ਹੈਗੇ, ਲੁਧਿਆਣੇ ਤੋਂ ਹੈਗੇ ਆ, ਅੱਡੋ ਅੱਡ ਥਾਵਾਂ ਤੋਂ ਆ ਜੀ, 4 ਜਣੇ ਲੋਕ ਹੈ। ਬਾਕੀ ਕਸਟਮਰ ਨੇ? 1 ਜਣਾ ਕਸਟਮਰ ਆ ਜੀ, 3 ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ।